Hello, 7th class. Hope you all are fine at home. So, now today we will enjoy this poem, The Game of Life by Jonyard Yahya. Firstly, we know about the poet Jonyard Yahya. Jonyard Yahya loves writing for children. ਜੋਨਿਆ ਜਿਆਹਿਆ ਉਹਨਾਂ ਨੂੰ ਬੱਚਿਆਂ ਦੇ ਲਈ ਠੀਕ ਹੈ ਪੋਇਮਸ ਲਿਖਣ ਦਾ ਬਹੁਤ ਸ਼ੌਕ ਹੈ ਸੀਵਰਲ ਆਫ ਹਿਸ ਪੋਇਮਸ ਐਂਡ ਸਟੋਰੀਜ਼ ਹੈਵ ਬੀਨ ਪਬਲਿਸ਼ਡ ਔਨ ਵੇਰੀਅਸ ਪਲੈਟਫਾਰਮਸ ਬਹੁਤ ਸਾਰੀਆਂ ਪੋਇਮਸ ਨੇ ਉਹਨਾਂ ਦੀਆਂ ਸਟੋਰੀਜ਼ ਨੇ ਜਿਹੜੀਆਂ ਬਹੁਤ ਸਾਰੇ ਪਲੈਟਫਾਰਮਸ ਤੇ ਪਬਲਿਸ਼ ਹੋਈਆਂ ਨੇ ਬਿਸਾਈਡਸ ਰਾਈਟਿੰਗ ਰਾਈਟਿੰਗ ਦੇ ਨਾਲ ਨਾਲ ਹੀ ਲਾਈਕਸ ਟ੍ਰੈਵਲਿੰਗ ਐਂਡ ਆਬਜ਼ਰਵਿੰਗ ਦਾ ਵਾਸਟ ਐਨੀਮਲ ਕਿੰਗਡਮ ਟ੍ਰੈਵਲਿੰਗ ਉਹਨਾਂ ਨੂੰ ਬਹੁਤ ਪਸੰਦ ਹੈ ਐਨੀਮਲ ਕਿੰਗਡਮ ਦੇਖਣਾ ਆਬਜ਼ਰਵ ਕਰਨਾ ਉਹਨਾਂ ਨੂੰ ਨਾਓ ਲੈਟਸ ਰੀਡ ਦਾ ਪੋਇਮ ਇਜ਼ देयर ਐਨੀ ਸਿਮਿਲਰਿਟੀ ਬੀਟਵੀਨ sports ਐਂਡ ਲਾਈਫ ਕੀ ਕਹਿੰਦੇ sports ਤੇ life ਦੇ ਵਿੱਚ ਕੋਈ ਸਿਮਿਲਰਿਟੀ ਹੈ ਗੇਮ ਹੈ ਇੱਕ ਇੱਕ ਲਾਈਫ ਹੈ ਸਾਡੀ ਕੀ ਉਹਨਾਂ ਦੇ ਵਿੱਚ ਕੋਈ ਚੀਜ਼ ਕੋਈ ਸਿਮਿਲਰਿਟੀ ਹੈਗੀ ਹੈ ਵਾਟ ਇਜ਼ ਦ ਆਬਜੈਕਟਿਵ ਬਿਹਾਈਂਡ ਪਲੇਇੰਗ ਐਨੀ ਗੇਮ ਠੀਕ ਹੈ ਕੋਈ ਵੀ ਗੇਮ ਖੇਡਣ ਦੇ ਲਈ ਉਹਦੇ ਪਿੱਛੇ ਆਬਜੈਕਟਿਵ ਕੀ ਹੁੰਦਾ ਕਿਆ ਕਿਉ ਦੇਸ਼ ਹੁੰਦਾ ਸਾਡਾ what is the objective of life life ਦਾ ਕੀ ਆਬਜੈਕਟਿਵ ਹੈ then discuss ਬਹੁਤ ਹੀ ਅੱਛੀ ਪੋਇਮ ਹੈ ਲਾਈਫ ਸਟਰਗਲ ਨੂੰ ਦੱਸਿਆ ਗਿਆ ਕਿ ਜਿਸ ਤਰ੍ਹਾਂ ਸੀ ਕੈਰਮ ਇੱਕ ਕੁਇਨ ਨੂੰ ਪਾਣ ਦੇ ਲਈ ਠੀਕ ਹੈ ਇੱਕ ਕੁਇਨ ਹੁੰਦੀ ਹੈ ਗੇਮ ਕੈਰਮ ਦੀ ਗੇਮ ਦੇ ਵਿੱਚ ਅਸੀਂ ਦੇਖਦੇ ਹਾਂ ਉਹ ਕੁਇਨ ਨੂੰ ਪਾਣ ਦੇ ਲਈ ਠੀਕ ਹੈ ਸਾਰਿਆਂ ਨੂੰ ਪਹਿਲੇ ਸਾਰੇ ਸੌਰੀ ਡਾਈਸਿਸ ਨੇ ਜੋ ਉਹ ਪਹਿਲਾਂ ਉਹਨਾਂ ਦੇ ਨਾਲ ਪਲੇ ਕਰਨਾ ਪੈਂਦਾ ਕਾਫੀ ਸਾਰਾ ਸਟਰਗਲ ਕਰਨਾ ਪੈਂਦਾ ਹੈ ਸਟ੍ਰਾਈਕਰ ਦੇ ਨਾਲ ਖੇਡਣਾ ਪੈਂਦਾ ਥੈਨ ਫਿਰ ਅਸੀਂ ਕਵੀਨ ਨੂੰ ਹਾਸਲ ਕਰ ਸਕਦੇ ਹਾਂ ਉਸੇ ਤਰ੍ਹਾਂ ਲਾਈਫ ਨੂੰ ਕੰਪੇਅਰ ਕੀਤਾ ਗਿਆ ਕਿ ਲਾਈਫ ਦੇ ਵਿੱਚ ਅਸੀਂ ਅਗਰ ਸਕਸੈਸ ਪ੍ਰਾਪਤ ਕਰਨੀ ਹੈ ਤਾਂ ਉਹਦੇ ਲਈ ਕੀ ਹੈ ਸਾਨੂੰ ਸਟਰਗਲ ਕਰਨਾ ਪਏਗਾ ਸੇਮ ਹੋਈ ਹੈ ਗੇਮ ਔਰ ਲਾਈਫ ਨੂੰ ਕੰਪੇਅਰ ਕੀਤਾ ਗਿਆ ਇਸ ਪੋਇਮ ਦੇ ਵਿੱਚ ਨਾਓ during a hot summery afternoon of june ਕਹਿੰਦੇ ਕਿਹੜਾ ਟਾਈਮ ਹੈ ਸਮਰੀ ਮੀਨਸ ਸਮਰ ਸੀਜ਼ਨ ਨੂੰ ਕਿਹਾ ਗਿਆ ਠੀਕ ਹੈ ਸਮਰ ਵਰਡ ਤੋਂ ਬਣਿਆ ਹੈ ਕਹਿੰਦੇ ਹੌਟ ਸੀਜ਼ਨ ਹੈ ਆਫਟਰਨੂਨ ਆਫ ਜੂਨ ਜੂਨ ਦਾ ਮੰਥ ਹੈ ਠੀਕ ਹੈ ਆਫਟਰਨੂਨ ਦਾ ਟਾਈਮ ਹੈ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਆਈ ਹੈਡ ਫਿਨਿਸ਼ਡ ਮਾਈ ਕੋਰਸ ਲੜਕ ਪੁਆਇਟ ਕਹਿ ਰਿਹਾ ਕਿ ਮੈਂ ਆਪਣਾ ਜੋ ਕੋਰਸ ਹੁੰਦਾ ਹੈ ਡੇਲੀ ਵਰਕ ਠੀਕ ਹੈ ਉਹ ਆਪਣਾ ਕੇੰਦਰ ਮੈਂ ਡੇਲੀ ਵਰਕ ਸੀ ਜਿਹੜੇ ਮੈਂ ਫਿਨਿਸ਼ ਕਰ ਲੇ ਐਂਡ ਸੂਨ ਵਾਸ ਕਾਲਡ ਦਾ ਪਲੇ ਟੂ ਪਲੇ ਦਾ ਗੇਮ ਆਫ ਕਾਰਮ ਬਾਈ ਮਿਸਿਸ ਗੁਪਤਾ ਜੀ অর ਸਿੰਪਲੀ ਮੈਡਮ ਥੈਨ ਉਦੋਂ ਹੀ ਕੇੰਦਰ ਮੈਨੂੰ ਕਾਲ ਆਈ ਮਿਸਿਸ ਗੁਪਤਾ ਦੀ ਗੇਮ ਖੇਡਣ ਦੇ ਲਈ ਉਹਨਾਂ ਨੇ ਗੇਮ ਖੇਡਣ ਦੇ ਲਈ ਮਿਸਿਸ ਗੁਪਤਾ ਨੇ ਉਹਨਾਂ ਨੂੰ ਬੁਲਾਇਆ ਠੀਕ ਹੈ ਸਿੰਪਲੀ ਉਹਨਾਂ ਨੂੰ ਕੀ ਕਹਿੰਦੇ ਸੀ ਮੈਡਮ ਕਹਿੰਦੇ ਸੀ but as i was clueless about the game i said they were motionless very lame ਠੀਕ ਹੈ ਕਹਿੰਦਾ ਮੈਨੂੰ ਉਸ ਗੇਮ ਬਾਰੇ ਕੁਝ ਨਹੀਂ ਸੀ ਪਤਾ ਕੋਈ ਕਲੂ ਨਹੀਂ ਸੀ ਮੇਰੇ ਕੋਲ ਕਿ ਗੇਮ ਹੈ ਜਿਹੜੀ ਕੈਰਮ ਵਾਲੀ ਗੇਮ ਹੈ ਕਿਸ ਤਰ੍ਹਾਂ ਖੇਡਣੀ ਹੈ ਕਹਿੰਦਾ ਮੈਂ ਉੱਥੇ ਬੈਠ ਗਿਆ ਗੇਮ ਖੇਡਣ ਦੇ ਲਈ ਮੋਸ਼ਨਲੈਸ ਬਿਨਾ ਹਿੱਲੇ ਵੈਰੀ ਲੇਮ ਐਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਰੇ ਤੋਂ ਲੈਗਸ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਠੀਕ ਹੈ ਦੈਨ ਮੈਡਮ ਸੈਟ ਦੈਨ ਮੈਡਮ ਨੇ ਫਿਰ ਕੀ ਕਿਹਾ oh you are such a fool ਤੁਸੀਂ ਤਾਂ ਸੱਚਮੁੱਚ ਇੱਕ ਫੂਲੋ ਤੁਹਾਨੂੰ ਬੇਟਾ ਗੇਮ ਨਹੀਂ ਖੇਡਣੀ ਆਂਦੀ ਸੋ ਲੈਟ ਮੀ ਫਰਸਟ ਟੈਲ ਯੂ ਈਚ ਐਂਡ ਐਵਰੀ ਰੂਲ ਕਹਿੰਦੀ ਪਹਿਲੇ ਮੈਂ ਤੁਹਾਨੂੰ ਇਸ ਗੇਮ ਦੇ ਸਾਰੇ ਰੂਲ ਐਂਡ ਰੈਗੂਲੇਸ਼ਨਸ ਨੇ ਉਹ ਤੁਹਾਨੂੰ ਦੱਸਦੀ ਆਂ ði ਗੇਮ ਇਜ਼ ਸਿੰਪਲੀ ਟੂ ਅੰਡਰਸਟੈਂਡ ਦੈਨ ਮੈਡਮ ਹੁਣ ਦੱਸ ਰਹੀ ਨੇ ਕਿ ਗੇਮ ਹੈ ਜਿਹੜੀ ਬਹੁਤ ਹੀ ਜ਼ਿਆਦਾ ਸਿੰਪਲ ਹੈ ਇਹਨੂੰ ਸਮਝਣਾ ਯੂ ਕੈਨ ਪਲੇ ਇਟ ਵਿਦ ਅ ਵਿਦ ਈਦਰ ਹੈਂਡ ਦੋਨੋ ਹੈਂਡਸ ਦੇ ਨਾਲ ਤੁਸੀਂ ਇਸ ਗੇਮ ਨੂੰ ਖੇਡ ਸਕਦੇ ਹੋ you have the striker to hit the disc ਤੁਹਾਡੇ ਕੋਲ ਕਹਿੰਦੇ ਇੱਕ ਸਟ੍ਰਾਈਕਰ ਹੋਊਗਾ ਤੁਸੀਂ disc ਮੀਨਸ ਬਾਕੀ ਜੋ ਸਾਡੇ ਕੋਲ disc ਸਮਝਦੇ ਹੋ ਤੁਸੀਂ ਜਦੋਂ ਆਪਾਂ ਕੈਰਮ ਖੇਡਦੇ ਆ ਜੋ ਰਾਉਂਡ ਰਾਉਂਡ ਹੁੰਦੇ ਆ ਠੀਕ ਹੈ ਕਹਿੰਦੇ ਉਹਨਾਂ ਨੂੰ ਆਪਾਂ ਹਿੱਟ ਕਰਨਾ ਹੁੰਦਾ ਥਰੂ ਸਮ ਟਾਈਮ ਕੁਝ ਟਾਈਮ ਦੇ ਲਈ ਡੀਅਰ ਮੇ ਬੀ ਰਿਸਕ ਕਹਿੰਦੇ ਇਹਦੇ ਵਿੱਚ ਰਿਸਕ ਵੀ ਹੈ ਜਦੋਂ ਅਸੀਂ ਗੇਮ ਖੇਡ ਰਹੇ ਹੁੰਨੇ ਆ ਜਦੋਂ ਆਪਾਂ ਸਟ੍ਰਾਈਕ ਕਰਦੇ ਆ ਐਟ ਟਾਈਮਸ ਯੂ ਮੇ ਹਿਟ ਇਟ ਟੂ ਹਾਰਡਸ ਉਸ ਟਾਈਮ ਕੀ ਹੁੰਦਾ ਕਹਿੰਦਾ ਕਈ ਵਾਰ ਜਦੋਂ ਸਾਡੇ ਤੋਂ ਸਟ੍ਰਾਈਕਰ ਹੈ ਬਹੁਤ ਜ਼ਿਆਦਾ ਜ਼ੋਰ ਨਾਲ ਵੱਜ ਜਾਂਦਾ ਐਂਡ ਸੈਂਡ ਦਾ ਡਿਸਕ ਫਲਾਈਂਗ ਆਫ ਲਾਈਕ ਅ ਸ਼ਾਟ ਕਹਿੰਦੇ ਜੋ ਡਿਸਕ ਹੈ ਉਹ ਉੱਡ ਕੇ ਬਹੁਤ ਜ਼ਿਆਦਾ ਦੂਰ ਚਲੇ ਜਾਂਦੀ ਹੈ ਲਾਈਕ ਅ ਸ਼ਾਟ ਮੀਨਸ ਚਿਪ ਫ੍ਰੈਗਮੈਂਟ অর ਬ੍ਰੋਕਨ ਪੀਸਸ ਟੁੱਟੇ ਹੋਏ ਪੀਸਸ ਦੀ ਤਰ੍ਹਾਂ ਜਿਸ ਤਰ੍ਹਾਂ ਪੀਸਸ ਨੇ ਖਿਲਰ ਜਾਂਦੇ ਨੇ ਉਸੇ ਤਰ੍ਹਾਂ ਕਹਿੰਦੇ ਜੋ ਡਿਸਕਸ ਨੇ ਉਹ ਸਪਰੈਡ ਹੋ ਜਾਂਦੀਆਂ ਨੇ ਯੈਟ ਇਫ ਯੂ ਰਿਲੀਜ਼ ਇਟ ਟੂ ਸਲੋਲੀ ਕਹਿੰਦੇ ਅਗਰ ਤੁਸੀਂ ਬਹੁਤ ਸਲੋਲੀ ਸਟ੍ਰਾਈਕ ਕਰੋਗੇ ਯੂ ਵਿਲ ਮਿਸ ਦਾ ਟਾਰਗੇਟ ਸ਼ੋਰਲੀ ਤੁਸੀਂ ਟਾਰਗੇਟ ਹੈ ਜਿਹੜਾ ਤੁਹਾਡਾ ਮਿਸ ਹੋ ਜਾਏਗਾ ਠੀਕ ਹੈ ਕੈਰਮ ਦੀ ਜੋ ਡਿਸਕ ਹੈ ਉਹ ਹੋਲ ਦੇ ਵਿੱਚ ਨਹੀਂ ਜਾਏਗੀ ਠੀਕ ਹੈ ਉਸੇ ਤਰ੍ਹਾਂ ਕਹਿੰਦੇ ਲਾਈਫ ਹੈ ਅਗਰ ਤੁਸੀਂ ਲਾਈਫ ਦੇ ਵਿੱਚ ਸਟਰਗਲ ਕਰੋਗੇ ਦੈਨ ਸਕਸੈਸ ਮਿਲ ਜੂਗੀ ਅਗਰ ਤੁਸੀਂ ਲਾਈਫ ਦੇ ਵਿੱਚ ਸਟਰਗਲ ਨਹੀਂ ਕਰੋਗੇ ਦੈਨ ਸਕਸੈਸ ਨਹੀਂ ਮਿਲੇਗੀ ਇਸ ਇਟਸ ਜਸਟ ਲਾਈਕ ਦਾ ਬਿਗ ਵਾਈਡ ਵਰਲਡ ਅਰਾਊਂਡ ਕੈਰਮ ਕੀ ਇੱਕ ਵਰਲਡ ਦੀ ਤਰ੍ਹਾਂ ਕੈਰਮ ਨੂੰ ਵਰਲਡ ਦੇ ਨਾਲ ਕੰਪੇਅਰ ਕੀਤਾ ਥੇਅਰ ਕਾਊਂਟਲੈਸ men abound ਅਬਾਉਂਡ ਮੀਨਸ ਇਨ ਲਾਰਜ ਨੰਬਰਸ ਬਹੁਤ ਸਾਰੇ ਲੋਕੀ ਨੇ ਸੰਸਾਰ ਦੇ ਵਿੱਚ ਰਹਿ ਰਹੇ ਨੇ ਉਸੇ ਤਰ੍ਹਾਂ ਕੈਰਮ ਦੇ ਉੱਤੇ ਬਹੁਤ ਸਾਰੀਆਂ ਡਿਸਕਸ ਨੇ ਸਾਨੂੰ ਨਹੀਂ ਪਤਾ ਕਿ ਕਿਹੜੀ ਡਿਸਕ ਹੈ ਸਾਡੇ ਕੋਲ ਪਹੁੰਚਣੀ ਹੈ ਕੋਇਨ ਸਾਡੇ ਕੋਲ ਆਣੀ ਹੈ ਜਾਂ ਨਹੀਂ ਆਣੀ ਹੈ ਐਂਡ ਸਟ੍ਰਾਈਵ ਟੂ ਗੈਟ ਦਾ ਕਵਰਟਡ ਪ੍ਰਾਈਸ ਔਰ ਹਰ ਕੋਈ ਹੈ ਜੋ ਸਟਰਗਲ ਕਰ ਰਿਹਾ ਇਸ ਵਰਲਡ ਦੇ ਵਿੱਚ ਆਪਣੀ ਸਕਸੈਸ ਨੂੰ ਪਾਣ ਦੇ ਲਈ ਸਟ੍ਰਾਈਵ ਮੀਨਸ ਸਟਰਗਲ ਕਰਨਾ ਕੋਵਟਰ ਮੀਨਸ ਡਿਜ਼ਾਇਰ ਇੱਛਾ ਜੋ ਪ੍ਰਾਈਜ਼ ਉਹਨੂੰ ਚਾਹੀਦਾ ਹੈ ਹਰ ਕੋਈ ਸਟਰਗਲ ਕਰ ਰਿਹਾ ਦਾ ਚਾਰਮਿੰਗ ਕੁਈਨ ਵਿਦ ਡੈਜ਼ਲਿੰਗ ਆਈਸ ਠੀਕ ਹੈ ਡੈਜ਼ਲਿੰਗ ਆਈਸ ਮੀਨਸ ਠੀਕ ਹੈ ਸ਼ਾਈਨਿੰਗ ਆਈਸ ਗਲੇਮ ਗਲੇਮਿੰਗ ਆਈਸ ਕਹਿੰਦੇ ਚਾਰਮਿੰਗ ਕੁਈਨ ਨੂੰ ਪਾਣ ਦੇ ਲਈ ਪ੍ਰਾਈਜ਼ਸ ਪਾਣ ਦੇ ਲਈ ਹਰ ਕੋਈ ਸਟਰਗਲ ਕਰ ਰਿਹਾ ਹੈ ਬਟ ਮੈਡਮ ਆ ਕুইਟ ਸਡਨਲੀ पर मैं अचानक मैम ਨੂੰ ਕਿਹਾ ਮਿਸਿਸ ਗੁਪਤਾ ਨੂੰ ਕਿਹਾ मैडम वुड नॉट इट बी जस्ट हेवनली कहता ਏ ਇਦਾਂ ਨਹੀਂ ਲੱਗ ਰਿਹਾ ਇੱਕ ਸਵਰਗੀ ਦੀ ਤਰ੍ਹਾਂ ਲੱਗ ਰਿਹਾ ਇਫ ਵੀ ਸਿੰਪਲੀ ਪਿਕਡ ਅਪ ਦਾ ਕਵੀਨ ਫਰਮ ਦਾ ਬੋਰਡ ਕਹਿੰਦਾ ਆਪਾਂ ਸਿੰਪਲ ਬੋਰਡ ਦੇ ਉੱਤੋਂ ਕਵੀਨ ਨੂੰ ਕਿਉਂ ਨਹੀਂ ਚੁੱਕ ਲੈਂਦੇ ਠੀਕ ਹੈ ਕੈਰਮ ਵਾਲੇ ਬੋਰਡ ਦੇ ਉੱਤੋਂ ਡਾਇਰੈਕਟਲੀ ਕਿਉਂ ਨਹੀਂ ਆਪਾਂ ਕਵੀਨ ਨੂੰ ਪਿਕ ਕਰ ਸਕਦੇ ਉਹ ਦੈਟ वुड बी स्कੈਂਡਲਰਸ ਸ਼ੀ ਰੋਡ ਠੀਕ ਹੈ ਔਰ ਉਹ मैडम ਚਿੱਲਾਈ ਉਹਨਾਂ ਨੇ ਕੀ ਕਿਹਾ ਕਹਿੰਦੇ ਬਹੁਤ ਹੀ ਡਿਸਆਨਰ ਵਾਲੀ ਗੱਲ ਹੋਊਗੀ ਲਾਈਫ ਦੇ ਵਿੱਚ ਸਟਰਗਲ ਕਰਾਂਗੇ ਦੈਨ ਸக்ஸੈਸ ਮਿਲੂਗੀ ਇਹ ਥੋੜੇ ਨਾ ਕਿ ਡਾਇਰੈਕਟ ਗਏ ਆਪਾਂ ਐਗਜ਼ਾਮ ਦੇ ਵਿੱਚ ਬੈਠ ਗਏ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਪੇਪਰ ਦੇ ਵਿੱਚ ਕਰਨਾ ਕੀ ਹੈ ਠੀਕ ਹੈ ਦੈਨ ਸਾਨੂੰ ਸக்ஸੈਸ ਕਿਵੇਂ ਮਿਲ ਜੂਗੀ ਸਾਡੇ ਐਗਜ਼ਾਮ ਆਂਦੇ ਨੇ ਅਸੀਂ ਪੂਰਾ ਸਾਲ ਸਟਰਗਲ ਕਰਦੇ ਆਂ ਦੈਨ ਲਾਸਟ ਤੇ ਅਗਰ ਸਾਨੂੰ ਸਾਰਾ ਸਿਲੇਬਸ ਆਂਦਾ ਹੋਏਗਾ ਤਾਈਂ ਅਸੀਂ ਪਾਸ ਹੋਵਾਂਗੇ ਅਦਰਵਾਈਜ਼ ਆਪਾਂ ਪਾਸ ਨਹੀਂ ਹੋਵਾਂਗੇ ਠੀਕ ਹੈ ਜਸਟ ਲਾਈਕ ਇਨ ਆਰ ਲਿਵਸ ਇਨ ਦਾ ਗੇਮ ਟੂ ਠੀਕ ਹੈ ਇਸੇ ਤਰ੍ਹਾਂ ਕਹਿੰਦੇ ਜਿਸ ਤਰ੍ਹਾਂ ਸਾਡੀ ਲਾਈਫ ਹੈ ਉਸੇ ਤਰ੍ਹਾਂ ਗੇਮ ਹੈ ਮੈਡਮ ਕਹਿ ਰਹੇ ਆ ਕਿ ਜਿਸ ਤਰ੍ਹਾਂ ਅਸੀਂ ਰਹਿੰਨੇ ਆ ਸਾਡੀ ਲਾਈਫ ਹੈ ਉਸੇ ਤਰ੍ਹਾਂ ਇਹ ਗੇਮ ਹੈ देयर आर नो शॉर्टकट्स लाइफ ਦਾ ਕੋਈ ਸ਼ਾਰਟਕਟ ਨਹੀਂ ਹੈ ਠੀਕ ਹੈ ਅਸੀਂ ਬਰਥ ਹੁੰਦਾ ਸਾਡਾ ਸਾਰਾ ਸਟਰਗਲ ਕਰਦੇ ਆਂ ਅਸੀਂ ਲਾਈਫ ਦੇ ਵਿੱਚ ਦੈਨ ਡੈਥ ਹੁੰਦਾ ਇਹ ਵਰਲਡ ਕੀ ਇੱਕ ਸਟੇਜ ਹੈ ਅਸੀਂ ਆਪਣੇ ਜੋ ਜੋ ਐਕਟ ਨੇ ਪਲੇ ਕਰਕੇ ਜਾਣਿਆ ਉਸੇ ਤਰ੍ਹਾਂ ਕਹਿੰਦਾ ਗੇਮ ਦਾ ਵੀ ਕੋਈ ਸ਼ਾਰਟਕਟ ਨਹੀਂ ਹੈ ਡਾਇਰੈਕਟ ਸੀ ਕਵੀਨ ਨੂੰ ਬੋਰਡ ਤੋਂ ਨਹੀਂ ਉਠਾ ਸਕਦੇ ਐਂਡ ਓਨਲੀ ਅ ਫਿਊ ਕੈਨ ਆਨ ਦਾ ਕਵੀਨਸ ਕਸਟਡੀ ਕੁਝ ਕੁ ਲੋਕੀ ਨੇ ਕਹਿੰਦੇ ਜਿਹੜੇ ਕਵੀਨ ਦੀ ਕਸਟਡੀ ਯਾਨੀ ਕਵੀਨ ਨੂੰ ਪਾ ਸਕਦੇ ਨੇ ਅਰਨ ਕਰ ਸਕਦੇ ਨੇ ਕਿਹੜੇ ਜਿਸ ਜੋ ਸਟਰਗਲ ਕਰਦੇ ਨੇ ਬਟ ਫੋਰ 댓 ਯੂ ਹੈਵ ਟੂ ਪਲੇ ਦਾ ਗੇਮ ਐਂਡ ਬੀ ਰੈਡੀ मैडम कैरी है पर एदे ਲਈ क्वीन ਨੂੰ ਪਾਉਣ ਦੇ ਲਈ ਸਾਨੂੰ ਸਟਰਗਲ ਕਰਨਾ ਹੋਊਗਾ ਗੇਮ ਖੇਡਣੀ ਹੋਏਗੀ देन ਹੁਣ ਆਪਾਂ ਗੇਮ ਸਟਾਰਟ ਕਰਦੇ ਹਾਂ ਯਟ ਸਮ ਟਾਈਮਸ ਹੇਅਰ ਸ਼ੀ ਗੇਵ ਮੀ ਅ ਕੁਇਕ ਗਲੈਂਸ ਕੁਝ ਟਾਈਮ ਦੇ ਲਈ ਕਹਿੰਦੇ मैडम ਨੇ ਗਲੈਂਸ ਮੀਨਸ ਮੇਰੇ ਵੱਲ ਦੇਖਿਆ ਸਮਾਈਲ ਕੀਤੀ ਬਟ ਇਟ ਇਜ਼ ਬਟ ਅ ਮੈਟਰ ਆਫ ਚਾਂਸ ਥੈਟ ਯੂ ਲਾਸ অর ਵਿਨ मैडम ਕੀ ਕਹਿ ਰਹੇ ਨੇ ਕਹਿੰਦੇ ਇਹ ਤੇਰੀ ਲੱਕ ਹੈ ਠੀਕ ਹੈ ਪੋਇਟ ਨੂੰ ਕਹਿ ਰਹੇ ਨੇ ਕਿ ਲੱਕ ਹੈ ਕਿ ਤੁਸੀਂ ਜਿੱਤ ਵੀ ਸਕਦੇ ਹੋ ਹਾਰ ਵੀ ਸਕਦੇ ਹੋ ਨਾਓ ਪਰ ਹੈਪਸ ਵੀ ਕੈਨ ਬਿਗਨ ਪਰ ਸ਼ਾਇਦ ਹੁਣ ਸਾਨੂੰ ਇਹ ਗੇਮ ਹੈ ਜੋ ਸਟਾਰਟ ਕਰਨੀ ਹੋਏਗੀ ਥੈਨ ਆਪਾਂ ਗੇਮ ਸਟਾਰਟ ਕਰਦੇ ਹਾਂ ਸੋ ਆਈ ਸੈਟ ਫਿਰ ਪੋਇਟ ਨੇ ਕੀ ਕਿਹਾ ਆਈ ਏਮ ਰੈਡੀ ਮੈਡਮ ਕਿ ਮੈਂ ਰੈਡੀ ਹਾਂ ਗੇਮ ਖੇਡਣ ਦੇ ਲਈ ਟੂ ਪਲੇ ਦਾ ਗੇਮ ਆਫ ਕਾਰਮ ਕਾਰਮ ਦੀ ਗੇਮ ਖੇਡਣ ਲਈ ਬਟ ਪਲੀਜ਼ ਪਲੀਜ਼ ਫਾਰ ਵਨਸ ਹਾਲਟ ਪਰ ਪਲੀਜ਼ ਥੋੜਾ ਰੁਕ ਜੋ ਹਾਲਟ ਮੀਨਸ ਸਟਾਪ ਵਾਟ ਇਜ਼ ਥਿਸ ਪਾਊਡਰ ਫਾਰ ਟੂ ਮੀ ਇਟ ਲੁੱਕ ਲਾਈਕ ਸਾਲਟ ਔਰ ਮੈਡਮ ਸੀ ਜੋ ਕੈਰਮ ਦੇ ਉੱਤੇ ਪਾਊਡਰ ਸਪਰੈਡ ਕਰ ਰਹੇ ਸੀ ਔਰ ਪੋਇਟ ਨੇ ਕੀ ਪੁੱਛਿਆ ਕਿ ਪਾਊਡਰ ਕਾਦੇ ਲਈ ਹੈ ਠੀਕ ਹੈ ਮੈਨੂੰ ਤਾਂ ਇਹ ਸਾਲਟ ਦੀ ਤਰ੍ਹਾਂ ਲੱਗ ਰਿਹਾ ਹੈ ਨਾ ਮੈਡਮ ਸਾਈਡ ਸਾਈਡ ਮੀਨਸ ਹੌਕਾ ਲੈਣਾ ਠੀਕ ਹੈ ਸਿਸਕੀ ਪਰਨਾ ਮੈਡਮ ਨੇ ਥੋੜਾ ਸਾਇ ਕੀਤਾ ਐਂਡ ਮੇਡ ਅ ਫੇਸ ਤੇ ਲੜਕੇ ਦੇ ਫੇਸ ਵੱਲ ਦੇਖਿਆ ਸ਼ੀ ਸੈਡ ਮੈਡਮ ਨੇ ਕਿਹਾ ਦੈਟਸ ਵਾਟ ਯੂ ਨੀਡ ਟੂ ਵਿਨ ਦਾ ਰੇਸ ਇਹ ਉਹੀ ਚੀਜ਼ ਹੈ ਜੀ ਦੇ ਨਾਲ ਕੀ ਹੈ ਤੁਸੀਂ ਰੇਸ ਵਿਨ ਕਰ ਸਕਦੇ ਹੋ ਟੂ ਮੇਕ ਯੋਰ ਜਰਨੀ ਸਮੂਥ ਐਂਡ ਸਟ੍ਰੇਟ ਤੁਹਾਡੀ ਜਰਨੀ ਹੈ ਜੀ ਦੇ ਨਾਲ ਯਾਨੀ ਸਟ੍ਰਾਈਕਸ ਨੇ ਜਿਹੜੇ ਜਦੋਂ ਤੁਸੀਂ ਸਟ੍ਰਾਈਕ ਕਰੋਗੇ ਠੀਕ ਹੈ ਦੈਨ ਉਸ ਬਹੁਤ ਹੀ ਜ਼ਿਆਦਾ ਸਮੂਥ ਅ ਸਟ੍ਰੇਟ ਜਾਏਗਾ ਠੀਕ ਹੈ ਅੱਛਾ ਸਟ੍ਰਾਈਕ ਹੋਏਗਾ ਤੁਸੀਂ ਕੁਇਨ ਨੂੰ ਗੈਟ ਕਰ ਸਕਦੇ ਹੋ ਵਿਨ ਕਰ ਸਕਦੇ ਹੋ ਐਂਡ ਦ ਰੈਸਟ ਜਸਟ ਲੀਵ ਟੂ ਯਰ ਫੇਟ ਤੇ ਬਾਕੀ ਤੁਹਾਡੀ ਫੇਟ ਤੇ ਆ ਤੁਹਾਡੀ ਕਿਸਮਤ ਤੇ ਆ ਤੇ ਹੈ ਕਿ ਤੁਸੀਂ ਉਹਨੂੰ ਪਾ ਸਕਦੇ ਹੋ ਕੁਇਨ ਨੂੰ ਜਾਂ ਨਹੀਂ ਪਾ ਸਕਦੇ ਉਸੇ ਤਰ੍ਹਾਂ ਸਾਡੀ ਲਾਈਫ ਹੈ ਕਿ ਅਗਰ ਅਸੀਂ ਸਟਰਗਲ ਕਰਾਂਗੇ ਥੈਨ ਸਾਨੂੰ ਸਕਸੈਸ ਮਿਲ ਜੇਗੀ ਅਦਰਵਾਈਜ਼ ਸਾਨੂੰ ਸਕਸੈਸ ਦਾ ਕੋਈ ਚਾਂਸ ਨਹੀਂ ਹੈ ਠੀਕ ਹੈ ਥੈਨ ਥੈਂਕ ਯੂ so much ਐਂਡ ਸਬਸਕ੍ਰਾਈਬ ਮਾਈ ਚੈਨਲ ਫੋਰ ਮੋਰ ਵੀਡੀਓਜ਼